मेरा नाम हीरा सिंह है। मैं 77 सभा डिस्ट्रिक्ट गुरदासपुर का सैकटरी कर्मचारी यूनियन का प्रधान है तो प्लस स्टेट का वाइस प्रेजिडेंट है। अज असी पूरी डिवीजन साढ़े 8 जिले जोड़े उत्थे इकट्ठे हुए हैं जलंधर डिवीजन तो, क्योंकि इतने जो परचा तरन तारण जिले के नजायज दर्ज किया गया सतबीर सिंह साढ़े 77 तो वो नाल दो होर स्टाफ के अंदर बंदे से झूठा परचा दर्ज किया गया। इंस्पैक्टर वालों जिहड़ा वा नजायज दूषणबाजी करके उत्थे पुलिस ने झूठे बयान दर्ज कराए आ उहदी असीं जिहड़े वा परचा कैंसल कराउण वास्ते अज इत्थे मीटिंग कीती आ ते सरकार दे कोलों मंग करदे आ कोई परचे नूं कैंसल किया जाए जिहदे संबंधी असीं DR उत्थे तरन तारण जिहड़ा वा मंग पत्र देण जा रहे हां। तो जेकर 23 जनवरी 2023 तक ये परचा ना रद्द किया गया तो जिहड़ा 24 जनवरी 2023 नूं जलंधर डिवीजन JR दफ्तर ते जिहड़ा वा पूरी स्टेट वालों धरना लाया जाएगा ਤਾਂ ਜੋ ਜਿਹੜਾ ਨਜਾਇਜ਼ ਤੇ ਝੂਠਾ ਪਰਚਾ ਦਰਜ ਹੋਇਆ ਵਾ ਬੇਬੁਨਿਆਦ ਉਹਨੂੰ ਕੈਂਸਲ ਕੀਤਾ ਜਾਵੇ, ਕਿਉਂਕਿ ਉਹਦੇ 77 ਦੇ ਕੋਲ ਹਾਈਕੋਰਟ ਦਾ ਮਾਨਯੋਗ ਹਾਈਕੋਰਟ ਸਾਹਿਬ ਦਾ ਸਟੇ ਸੀ ਤੇ ਉਹਦੇ ਬਾਵਜੂਦ ਵੀ ਜਿਹੜਾ ਵਾ ਉਹ ਸਟੇ ਦੀ ਮਤਲਬ ਹੋਣ ਦੇ ਕਾਰਨ ਵੀ ਜਿਹੜਾ ਵਾ ਇਨਕੁਆਇਰੀ ਕਰਨ ਵਾਸਤੇ ਬਿਨਾਂ ਚਿੱਠੀ ਪੱਤਰ ਉਹਨੂੰ ਮਤਲਬ ਨੋਟ ਕਰਾਇਆ ਜਿਹੜਾ ਵਾ ਗਏ ਨੇ ਅਤੇ ਨਜਾਇਜ਼ ਝੂਠੀ ਪਿਉਂਟ ਬਣਾ ਕੇ ਜਿਹੜਾ ਵਾ ਹਾਈਕੋਰਟ ਦੇ ਸਟੇ ਦੇ ਬਾਵਜੂਦ ਪਰਚਾ ਦਰਜ ਕਰਾਇਆ ਗਿਆ ਜਿਹਦੀ ਆਪਾਂ ਪੁਰਜ ਸਭ ਦਾ ਕੰਮ ਵੀ ਬੰਦ ਕੀਤਾ ਗਿਆ ਪ੍ਰਧਾਨ ਜੀ ਕੰਮ ਜਿਹੜਾ ਵਾ ਉਹ ਮਤਲਬ ਸਾਡਾ 23 ਜਨਵਰੀ ਤੱਕ ਜਿਹੜਾ ਵਾ ਪੂਰਨ ਤੌਰ 'ਤੇ ਸੁਸਾਇਟੀਆਂ ਬੰਦ ਨੇ। ਜਿਹੜਾ ਕੋਈ ਵੀ ਨਾ ਮਹਿਕਮੇ ਦੀ ਕੋਈ ਰਿਪੋਰਟ ਦਿੱਤੀ ਜਾਊਗੀ ਨਾ ਹੀ ਰਿਕਵਰੀ ਐਡਵਾਂਸਮੈਂਟ ਕੀਤੀ ਜਾਏਗੀ ਅਤੇ ਪੂਰਾ ਡਿਵੀਜ਼ਨ ਪੱਧਰ ਜਿਹੜਾ ਵਾ ਉਹ ਬੰਦ ਕੀਤਾ ਵਾ ਆਪਾਂ ਇਹ ਵਾਲਾ ਰਾਜਾਂ ਦੇ ਜ਼ਿਲ੍ਹਾ ਪ੍ਰਧਾਨ ਖੇਤੀਬਾੜੀ ਸਹਿਕਾਰੀ ਸਭਾਵਾਂ ਤਰਨ ਤਾਰਨ ਅੱਜ ਅਸੀਂ ਜਲੰਧਰ ਡਿਵੀਜ਼ਨ ਦੀ ਜੋ ਸਾਡੇ ਪਿਛਲੇ ਦਿਨੀ ਘੜਾ ਗਰਮ ਸੁਰ ਸਿੰਘ ਸਭਾ ਦੇ ਵਿੱਚ ਨਜਾਇਜ਼ ਪਰਤਾ ਸਿਆਸੀ ਤੌਰ 'ਤੇ ਮਹਿਕਮੇ ਦੀ ਮਿਲੀ ਭੁਗਤਣਾ ਸਾਡੇ ਕਰਮਚਾਰੀਆਂ 'ਤੇ ਕਰਾਇਆ ਗਿਆ ਉਹਦੇ ਸੰਬੰਧ ਵਿੱਚ ਅਸੀਂ ਪਿਛਲੇ ਸਮੇਂ ਤੋਂ ਸਭਾਵਾਂ ਬੰਦ ਕੀਤੀਆਂ ਵਾ ਪਰ ਮਹਿਕਮਾ ਜਾਂ ਹੋਰ ਅਧਿਕਾਰੀਆਂ ਨੇ ਕੋਈ ਵੀ ਇਹਦੇ 'ਤੇ ਕੋਈ ਨੋਟਿਸ ਨਹੀਂ ਲਿਆ। ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਜਲੰਧਰ ਡਿਵੀਜ਼ਨ ਦੇ ਜਿੰਨੇ ਜ਼ਿਲ੍ਹੇ ਆ 8 ਜ਼ਿਲ੍ਹਿਆਂ ਦਾ ਅੱਜ ਅਸੀਂ ਇੱਥੇ ਇਕੱਠ ਕੀਤਾ ਵਾ। ਉਹਦੇ ਵਿੱਚ ਅੱਜ ਅਸੀਂ ਮੁਕੰਮਲ ਜਿਹੜਾ ਕਾਰੋਬਾਰ ਜਿੱਦਾਂ ਤਰਨ ਤਾਰਨ ਦੇ ਵਿੱਚ ਬੰਦ ਸੀ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਅਸੀਂ ਬੰਦੀ ਕੱਲ੍ਹ 23 ਜਨਵਰੀ ਤੱਕ ਦਿੱਤੀ ਆ। 23 ਜਨਵਰੀ ਤੱਕ ਜੇ ਜਿਹੜਾ ਵਾ ਝੂਠਾ ਪਰਚਾ ਰੱਦ ਨਾ ਕੀਤਾ ਫਿਰ ਅਗਲਾ ਸਟੈਪ ਸਾਡਾ 24 ਜਨਵਰੀ ਨੂੰ JR ਦਫ਼ਤਰ ਗੜੀ ਧਰਨਾ ਹੋਊਗਾ ਜੋ ਪੂਰਾ ਪੰਜਾਬ ਪੱਧਰ ਦਾ ਹੋਊਗਾ ਅਤੇ ਇਸੇ ਤਰ੍ਹਾਂ ਹੀ ਕਾਰੋਬਾਰ ਬੰਦ ਰੱਖਾਂਗੇ ਜੋ ਸਾਡੇ ਨਾਲ ਵਧੀਕੀ ਹੋਈ ਆ ਜਿੰਨਾ ਚਿਰ ਉਹ ਨਿਰੀਖਕ ਲਿਖਤੀ ਬਿਆਨ ਦੇ ਕੇ ਪਰਚਾ ਵਾਪਸ ਨਹੀਂ ਲੈਂਦਾ ਸਾਡੀ ਹੜਤਾਲ ਇੱਦਾਂ ਜਾਰੀ ਰਹੂਗੀ।